આવે, મોયસે અણુપ કછુ ના આવે, મોયસે અણુપ કછુ ના આવે, સૂરજ કિરણ મિલે. ਮੈਂ ਯਾਦ ਕਰਨਾ ਹੈ ਸਤ ਸੰਗਤ ਜੀਓ, ਕੋਈ ਦਿਨ ਹੁੰਦੇ ਹਨ ਬੰਦੇ ਦੀ ਜ਼ਿੰਦਗੀ ਦੇ, ਚੰਗੇ ਵੀ ਹੁੰਦੇ ਹਨ ਮਾੜੇ ਵੀ ਹੁੰਦੇ ਹਨ, ਜਿਹੜਾ ਵੀ ਆਵੇ ਪਰਵਾਹ ਨਾ ਕਰੇ. ਦੋ ਦਿਨ ਦੀ ਜ਼ਿੰਦਗੀ ਹੈ ਮੇਰੇ ਨਾਲ, ਕਦੀ ਚਾਰ ਆਦਮੀ ਬੈਠਦੇ ਸਨ, ਅੱਜ ਅਸੀਂ ਦੋ ਰਹਿ ਗਏ. ਯਾਦ ਕਰਦਾ ਆਇਆ ਮੈਂ ਕਿਹਾ ਕਿੱਥੇ ਖੂਬ ਰੂਹਾਨੇ ਜਹਾਂ ਥੀ ਦਸਤੇ ਬਸਤਾ ਦੇਰੇ ਪਾ, ਖੂਬ ਰੂਹਾਨੇ ਜਹਾਂ ਥੀ ਦਸਤੇ ਬਸਤਾ ਦੇਰੇ ਪਾਕ. ਬਹਾਦਰ ਸ਼ਾਹ ਦੀ ਕਬਰ ਤੇ ਇਹ ਲਿਖਿਆ ਹੋਇਆ ਸੀ, ਚਾਰ ਦਿਨ ਕੀ ਚਾਂਦਨੀ ਮਤ ਭੁੱਲਣਾ, ਐ ਬੇਖਬਰ ਮਿਟ ਗਏ ਮਿੱਟੀ ਥਲੇ ਜੋ ਸ਼ਾਹੇ ਹਿੰਦੁਸਤਾਨ ਥੇ. ਇਸ ਇਨਸਾਨ ਦੀ ਜ਼ਿੰਦਗੀ ਇਹੀ ਹੈ, ਖੁਸ਼ੀ ਵਿੱਚ ਵੀ ਯਾਦ ਰੱਖਣਾ, ਗਮ ਵਿੱਚ ਵੀ ਯਾਦ ਰੱਖਣਾ, ਬਸ ਇਹੀ ਸਿੱਖੀ ਹੈ. ਸਿੱਖੀ ਹੋਰ ਹੈ ਹੀ ਕੁਝ ਨਹੀਂ, ਸਿੱਖੀ ਹੈ ਸਿੱਖਣਾ ਕਿਸ ਕਿਸ ਤਰ੍ਹਾਂ ਉਸਦੀ ਰਜਾ ਵਿੱਚ ਰਹਿਣਾ ਹੈ. ਮਾਲਕ ਜੈਸਾ ਵੀ ਵਕਤ ਦੇਵੇ, ਅੱਛਾ ਮਹਾਰਾਜ ਤੇਰੀ ਮਰਜ਼ੀ. ਤੋ ਅਖੀਰਲੀ ਤੁਕ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ. ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਵਾਈ ਚ ਗਏ ਨਾ ਨਦੀ ਦੇ ਵਿੱਚ, ਉਹ ਜਗ੍ਹਾ ਮੈਂ ਵੇਖ ਕੇ ਆਇਆ, ਥੱਲੇ ਜਾਣਾ ਪੈਂਦਾ ਹੈ, ਉੱਥੇ ਨਦੀ ਵਗਦੀ ਸੀ, ਹੁਣ ਉਹ ਪਾਣੀ ਜਿਹੜਾ ਹੈ ਦੂਰ ਚਲਾ ਗਿਆ ਹੈ. ਮਹਾਰਾਜ ਗਏ ਤੇ ਉੱਥੇ ਹੀ ਬਸ ਜਾ ਕੇ ਲੀਨ ਹੋ ਗਏ. ਤਾਂ ਹੀ ਸੂਰਜ ਕਿਰਨ ਮਿਲੇ ਜਲ ਕਾ, ਸੂਰਜ ਦੀ ਜਦੋਂ ਕਿਰਨ ਜਲ ਵਿੱਚ ਮਿਲਦੀ ਹੈ, ਸੂਰਜ ਜਲ ਨਾਲ ਜਲ ਹੋ ਜਾਣਾ, ਪਾਣੀ ਨਾਲ ਪਾਣੀ, ਮਿੱਟੀ ਨਾਲ ਮਿੱਟੀ, ਹਵਾ ਨਾਲ ਹਵਾ, ਬਸ ਬੰਦੇ ਦੀ ਇਹ ਹੈ. ਪੰਜ ਤੱਤ ਕਾ ਪੁਤਲਾ ਨਾਨਕ ਮੇਰਾ ਨਾਮ, ਇਹ ਜਦੋਂ ਰਲ ਜਾਂਦੇ ਹਨ ਬਸ ਯਾਦਾਂ ਹੀ ਰਹਿ ਜਾਂਦੀਆਂ ਹਨ. ਪਰ ਜਿਹੜੇ ਬੰਦਾ ਕੰਮ ਚੰਗੇ ਕਰ ਜਾਵੇ, ਜਿਹੜਾ ਬੰਦਾ ਐਸੀ ਕਰਨੀ ਕਰ ਜਾ, ਬੰਦਿਆ ਤੂੰ ਹੱਸੇ ਜਗ ਰੋਵੇ, ਜਦ ਤੂੰ ਆਇਆ ਇਸ ਜਗ ਮੈਂ ਤੂੰ ਰੋਵੇ ਜਗ ਹੱਸੇ, ਐਸੀ ਕਰਨੀ ਕਰ ਜਾ ਬੰਦੇ ਤੂੰ ਹੱਸੇ ਜਗ ਰੋਵੇ, ਯਾਦ ਕਰਨ ਤੈਨੂੰ ਸੂਰਜ ਕਿਰਨ ਮਿਲੇ ਚੱਲ ਕਾਜਲ ਜਿਹੜਾ ਗੰਨੇ ਦਾ ਰਸ, ਜਾਂ ਤੁਸੀਂ ਕਹੇ ਜ਼ਰੂਰ ਕੱਢ ਲਓ,
ਜਿੰਨੀ ਹਰ ਰਸ ਪੀ ਆ। ਅਸੀਂ ਤੇ ਸਾਰੀ ਉਮਰ ਇਹੋ ਜਿਹੇ ਰਸਾਂ ਵਿੱਚ ਜਾਗੋ ਆਇਓ ਏਕ ਰਸਾ ਖਾਨ ਪਾਨ ਆਨਨੀ ਖੁਦਿਆ ਤਿਲਕੇ ਚਿਤਨਾ ਬਸਾ। ਜਿਹਨਾਂ ਨੂੰ ਉਹ ਰਸ ਆ ਜਾਵੇ ਫਿਰ ਇਹ ਦੁਨੀਆਂ ਦੀਆਂ ਚੀਜ਼ਾਂ ਚੰਗੀਆਂ ਲੱਗਣੀਆਂ ਬੰਦ ਹੋ ਜਾਂਦੀਆਂ। ਜਾਗੋ ਆਇਓ ਏਕ ਰਸਾ ਖਾਣ ਪਾਣ ਅੰਨ ਨਹੀਂ ਖੁਦਿਆ, ਨਾ ਉਹਨਾਂ ਨੂੰ ਭੁੱਖ ਰਹਿ ਜਾਂਦੀ ਹੈ, ਨਾ ਉਹਨਾਂ ਨੂੰ ਪਿਆਸ ਰਹਿ ਜਾਂਦੀ ਹੈ। ਤਿਲਕੇ ਚਿਤਨਾ ਬਸਾ, ਉਹਨਾਂ ਦੇ ਚਿੱਤ ਵਿੱਚ ਕੋਈ ਰਹਿ ਨਹੀਂ ਜਾਂਦੀ ਚੀਜ਼, ਉਹਨਾਂ ਦੇ ਚਿੱਤ ਵਿੱਚ ਕੁਝ ਵਸਦਾ ਹੀ ਨਹੀਂ। ਮਹਾਰਾਜ ਖਿਰੀ ਤੋਂ ਕੁਝ ਕਹਿ ਰਹੇ ਹਨ ਆਪ ਚਾਨਣਾ ਉਹਨਾਂ ਲਈ ਹੈ ਜਿਹੜੇ ਨਾਮ ਜਪਦੇ ਹਨ। ਆਓ ਅਨੰਦ ਸਾਹਿਬ ਦਾ ਪਾਠ ਕਰੀਏ, ਕੀਰਤਨ ਦੀ ਸਮਾਪਤੀ ਹੈ।